विश्व प्रेस स्वतंत्रता दिवस हर साल तीन मई को मनाया जाता है ये एक सुतंत्र प्रेस की महत्ता और पारदर्शिता जवाबदेही लोकतंत्र उत्साहित कर पत्रकार की भूमिका की याद दवाऊा है आओ विश्व प्रेस स्वतंत्रता दिवस दो हज़ार चौवी के वेरव्या की खोज करिए थीम विश्व प्रेस स्वतंत्रता दिवस दो हज़ार चौवी लिए थीम है ग्रेली एक प्रैस वातावरण संकट के पत्रकारी ਇਹ ਥੀਮ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਵਿਸ਼ਵ ਜਲਵਾਯੂ ਸੰਕਟ ਬਾਰੇ ਜਾਗਰੂਕਤਾ ਵਧਾਉਣ ਵਿੱਚ ਪੱਤਰਕਾਰੀ ਦੀ ਅਮ ਭੂਮਿਕਾ ਨੂੰ ਉਜਾਗਰ ਕਰਦਾ ਹੈ। ਕਾਨਫਰੰਸ ਦਾ ਸਥਾਨ 2 ਅਤੇ 4 ਮਈ 2024 ਦੇ ਵਿਚਕਾਰ ਚਿਲੀ ਅਤੇ ਯੂਨੈਸਕੋ ਸੰਟਿਆਗੋ ਚਿਲੀ ਵਿੱਚ ਸੈਂਟਰੋ ਕਲਚਰਲ ਗੈਬਰੀਏਲਾ ਮਿਸਟਰਾਲ ਵਿੱਚ 13ਵੀਂ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਕਾਨਫਰੰਸ ਦੀ ਮੇਜ਼ਬਾਨੀ ਕਰਨਗੇ। ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਲਈ ਮੁਹਿੰਮ ਯੂਨੈਸਕੋ ਦੀ ਮੁਹਿੰਮ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਰੀਆਂ ਕਹਾਣੀਆਂ ਦੱਸਣ ਦੇ ਹੱਕਦਾਰ ਹਨ ਖਾਸ ਤੌਰ ਤੇ ਉਹ ਜੋ ਜਲਵਾਯੂ ਅਤੇ ਜੈਵ ਵਿਭਿੰਨਤਾ ਸੰਕਟ ਨਾਲ ਸੰਬੰਧਿਤ ਹਨ ਪੱਤਰਕਾਰ ਇਹਨਾਂ ਸੰਕਟਾਂ ਦਾ ਪਰਦਾਫਾਸ਼ ਕਰਨ ਅਤੇ ਸਾਡੇ ਗ੍ਰਹਿ ਲਈ ਬਿਤਰ ਭਵਿੱਖ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਗ੍ਰਹਿ ਲਈ ਕਾਰਟੂਨ ਇਸ ਮੌਕੇ ਤੇ ਯੂਨੈਸਕੋ ਅਤੇ ਕਾਰਟੂਨਿੰਗ ਫਾਰ ਪੀਸ ਨੇ ਵਿਜ਼ੂਅਲ ਕਹਾਣੀ ਸੁਣਾਉਣ ਦੁਆਰਾ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੈਸ ਫਾਰਦਾ ਪਲੈਨੇਟ ਦੇ ਸਮਰਥਨ ਵਿੱਚ ਕਾਰਟੂਨਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਅਪਵਿੱਤਰਤਾ ਅਤੇ ਜਲਵਾਯੂ ਸੰਕਟ, ਵਿਸ਼ਵ ਦੇ ਤੀਰੇ ਗ੍ਰਹਿ ਸੰਕਟ, ਜਲਵਾਯੂ ਤਬਦੀਲੀ, ਜੈਵ ਵਿਭਿੰਨਤਾ ਦਾ ਨੁਕਸਾਨ ਅਤੇ ਹਵਾ ਪ੍ਰਦੂਸ਼ਣ ਦੇ ਸੰਦਰਭ ਵਿੱਚ ਵਿਗਿਆਦ ਦੀਆਂ ਮੁਹਿੰਮਾਂ ਵਿਗਿਆਨਕ ਗਿਆਨ ਨੂੰ ਚੁਣੌਤੀ ਦਿੰਦੀਆਂ ਹਨ ਅਤੇ ਸੂਚਿਤ ਜਨਤਾਕ ਬਹਿਸ ਲਈ ਖਤਰਾ ਪੈਦਾ ਕਰਦੀਆਂ ਹਨ। ਯੂਨੈਸਕੋ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਡਿਜੀਟਲ ਪਲੇਟਫਾਰਮਾਂ ਦੇ ਸੰਚਾਲਨ ਲਈ ਦਿਸ਼ਾ ਨਿਰਦੇਸ਼ ਸ਼ੁਰੂ ਕੀਤੇ ਹਨ। ਯਾਦ ਰੱਖੋ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਪ੍ਰੈਸ ਦੀ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਦਾ ਜਸ਼ਨ ਮਨਾਉਂਦਾ ਹੈ ਜਿਸ ਵਿੱਚ ਦਖਲਅੰਦਾਜ਼ੀ ਤੋਂ ਬਿਨਾਂ ਜਾਣਕਾਰੀ ਲੈਣ ਪ੍ਰਾਪਤ ਕਰਨ ਅਤੇ ਪ੍ਰਦਾਨ ਕਰਨ ਦਾ ਅਧਿਕਾਰ ਸ਼ਾਮਲ ਹੈ ਇਹ ਉਹਨਾਂ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਦਾ ਦਿਨ ਹੈ